ਨੂੰ ਘਰੋਂ ਚੱਕਿਆ ਗਿਆ ਜੀ, ਵਿਰੋਧੀ ਪਾਰਟੀ ਨੇ ਚੁਕਾਏ ਆ, ਸੀਸ ਸਟਾਫ ਵਾਲੇ ਲੈ ਗਏ ਨੇ ਜੀ, ਕੁੱਟਮਾਰ ਕਰੀ ਹੈ ਜੀ ਬਹੁਤ ਜ਼ਿਆਦਾ, ਹੱਦੋਂ ਵੱਧ ਜੀ, ਜਿਹੜੀ ਸਹਿ ਨਹੀਂ ਸਕੇ ਜੀ, ਕੱਟ ਮਾਰਿਆ ਜੀ ਤਾਂ ਜੀ, ਪੁਰਾਣੀ ਸੱਟ ਗਏ ਤੇ ਗਏ, ਪੁਰਾਣੀ ਸੱਟ ਹੀ ਨਹੀਂ ਤੀ ਉਹਦੇ, ਕੋਈ ਵੀ ਨਹੀਂ ਤੀ ਪੁਰਾਣੀ ਸੱਟ ਦਾ ਜੀ, ਸਾਰੇ ਪਿੰਡ ਨੂੰ ਪਤਾ। ਇਹ ਮਾਮਲਾ ਹੈ ਸੰਗਰੂਰ ਦੇ ਪਿੰਡ ਫਤਿਹਗੜ੍ਹ ਛੰਨਾ ਦਾ, ਜਿੱਥੇ ਜੇਲ੍ਹ ਦੇ ਵਿੱਚ ਬੰਦ ਇੱਕ ਅੰਡਰ ਟ੍ਰਾਇਲ ਨਰਸੀ ਸਿੰਘ ਨਾਂ ਦੇ ਹਵਾਲਾਤੀ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਸਭ ਦੇ ਲਈ ਪੁਲਿਸ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਪੁਲਿਸ ਦੀ ਕੁੱਟਮਾਰ ਨਾ ਸਹਾਰਨ ਕਰਕੇ ਉਹਨਾਂ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਚੋਣਾਂ ਦੌਰਾਨ ਹੋਏ ਝਗੜੇ ਕਾਰਨ CIE ਸਟਾਫ ਨੇ ਨਰਸੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ਦੇ ਵਿੱਚ ਰਾਈਫਲ ਦਾ ਬੱਟ ਵੀ ਮਾਰਿਆ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਗਈ ਅਤੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਚੋਣਾਂ ਦਾ ਰੌਲਾ ਹੋ ਗਿਆ ਸੀ ਉੱਥੇ ਅਤੇ ਬਕਸੇ ਬੁਕਸੇ ਚੱਕੇ ਗਏ ਸੀ ਅਤੇ ਮੁਲਾਜ਼ਮ ਦੇ ਸੋਟੀ ਸਾਟੀ ਮਾਰੀ ਇੱਕ ਦੇ ਜੀ, ਇਹ ਵਿੱਚ ਨਹੀਂ ਅਤੇ ਕੋਈ ਕਿਤੇ ਨਹੀਂ, ਮੂਵੀ 'ਚ ਨਹੀਂ ਅਤੇ ਜੀ ਕਿਤੇ ਨਹੀਂ ਹੈਗੇ ਅਤੇ ਇਹਨਾਂ ਨੂੰ ਘਰੋਂ ਚੱਕਿਆ ਗਿਆ ਜੀ, ਵਿਰੋਧੀ ਪਾਰਟੀ ਨੇ ਚੁਕਾਇਆ, ਜਿਹਦਾ ਨਾਂ ਜੀ ਜਸਵੀਰ ਸਿੰਘ, ਉਹਨਾਂ ਨੇ ਚੁਕਾਇਆ ਜੀ ਘਰੋਂ। ਕੌਣ ਲੈ ਗਏ ਸੀ ਚੱਕੇ? ਇਹਨਾਂ ਨੂੰ ਸੀਸ ਸਟਾਫ ਵਾਲੇ ਲੈ ਗਏ ਨੇ ਜੀ, ਉਹਨਾਂ ਨੇ ਕੁੱਟਮਾਰ ਕਰੀ ਹੈ ਜੀ ਬਹੁਤ ਜ਼ਿਆਦਾ, ਹੱਦੋਂ ਵੱਧ ਜੀ, ਜਿਹੜੀ ਸਹਿ ਨਹੀਂ ਸਕੇ ਜੀ, ਅਤੇ ਸਿਰ 'ਚ ਰਾਫਲ ਦਾ ਬੱਟ ਮਾਰਿਆ ਜੀ, ਰਾਫਲ ਦਾ ਬੱਟ ਮਾਰਿਆ ਜੀ, ਇਹਨਾਂ ਨੂੰ ਮਤਲਬ ਕਿ ਸੰਗਰੂਰ ਭੇਜਿਆ ਗਿਆ ਸਰਕਾਰੀ ਹਸਪਤਾਲ 'ਚ, ਸਰਕਾਰੀ ਹਸਪਤਾਲ 'ਚੋਂ ਜੀ ਪਟਿਆਲੇ ਭੇਜਿਆ ਗਿਆ, ਪਟਿਆਲੇ ਤੋਂ ਚੰਡੀਗੜ੍ਹ ਭੇਜਤਾ ਜੀ, 9 ਤਰੀਕ ਨੂੰ ਜੀ ਚੰਡੀਗੜ੍ਹ ਫਿਰ ਪਰਚਾ ਕੱਟਦਾ ਜੀ, ਇੱਥੋਂ ਜਦੋਂ ਆਪਰੇਸ਼ਨ ਹੋਇਆ ਜੀ, ਸਾਨੂੰ ਰਾਤ ਨੂੰ ਫੋਨ ਆ ਗਿਆ ਵੀ ਮਤਲਬ ਕਿ ਆਪਰੇਸ਼ਨ ਹੋਇਆ ਵੀ ਤੁਸੀਂ ਆਓ, ਆਪਰੇਸ਼ਨ ਹੋਇਆ ਜੀ, 3 ਆਪਰੇਸ਼ਨ। ਡਾਕਟਰ ਤਾਂ ਜੀ ਪੁਰਾਣੀ ਸੱਟ ਗਏ ਤੇ ਗਏ, ਪੁਰਾਣੀ ਸੱਟ ਹੀ ਨਹੀਂ ਤੀ ਉਹਦੇ, ਕੋਈ ਵੀ ਨਹੀਂ ਤੀ ਪੁਰਾਣੀ ਸੱਟ ਦਾ ਜੀ, ਸਾਰੇ ਪਿੰਡ ਨੂੰ ਪਤਾ। 2:30 ਵਜੇ ਵਧੀਆ ਪਹਿਲਾਂ ਉਹ ਕਰ ਦਿੱਤੀ, ਹੱਸਦੇ ਖੇਡਦੇ 2:30 ਵਜੇ ਡੈਥ ਹੋ ਗਈ ਜੀ। ਬਾਈ ਜੀ ਚਾਹੁੰਦੇ ਵੀ ਜਿਹਦਾ ਜਿਹੜਾ ਕਸੂਰਵਾਰ ਆ ਜੀ, ਸਾਨੂੰ ਇਨਸਾਫ ਦਵਾਇਆ ਜਾਵੇ, ਕਸੂਰਵਾਰ ਨੂੰ ਸਜ਼ਾ ਦਿੱਤੀ ਜਾਵੇ। ਉਧਰ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਦੇ ਵਿੱਚ ਬੰਦ ਸੀ, ਸਾਨੂੰ ਤਲਾਹ ਮਿਲੀ ਹੈ ਜੇ ਆਇਆ ਅਸੀਂ ਆਏ ਹਾਂ, ਉਹ ਹੁਣ ਜੇਲ੍ਹ ਤੋਂ ਪਤਾ ਲੱਗੇਗਾ, ਉਹਨਾਂ ਵੱਲੋਂ ਜਿਹੜਾ ਬਿਆਨ ਲਿਖਾਇਆ ਜਾਏਗਾ ਵੀ ਕਿਹੜੇ ਮੁਕੱਦਮੇ 'ਚ ਬੰਦ ਸੀ, ਕਦੋਂ ਤੋਂ ਬੰਦ ਸੀ ਅਤੇ ਕਦੋਂ ਤੋਂ ਦਾਖਲ ਸੀ ਹੈ। ਚਿੱਟੀ ਇਨਕੁਆਇਰੀ ਹੋਏਗੀ, ਜੋ ਮੈਜਿਸਟਰੇਟ ਸਾਹਿਬ ਦੀ ਇਨਕੁਆਇਰੀ ਤੋਂ ਬਾਅਦ ਕਾਰਵਾਈ ਬਣੇਗੀ, ਉਹ ਕਾਰਵਾਈ ਕੀਤੀ ਜਾਏਗੀ। ਭਾਵੇਂ ਕਿ ਇਹ ਪਰਿਵਾਰ ਪੁਲਿਸ ਉੱਤੇ ਕਈ ਗੰਭੀਰ ਇਲਜ਼ਾਮ ਲਗਾ ਰਿਹਾ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ। ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9553 9553 'ਤੇ।